नहीं देखो, एक तो ये ऑनगोइंग प्रोसैस जरूर हैगा, किते ना किते डाउट क्रिएट हो गया सी कि शायद इन्हां दियां जिहड़ियां जॉब्स आ उह सिक्योर नहीं हैगियां। उहदे विच जिहड़ियां लोड़ींदियां अमेंडमेंट सीगियां उह इन्हां दी सलाह नाल ही असीं लै के आंदियां, और उहदे नाल मेरी इह वी फर्दर कोशिश है कि सानूं होर सेंक्शन पोस्टां मिल जाण, जिहड़ी मैं हजे भी समझदा कि हजे साडे को फाइल वापस नहीं आई, ਤਾਂ ਕਿ ਇਹਨਾਂ ਦੇ ਵਿੱਚੋਂ ਵੀ ਜਿਹੜੇ ਬੱਚੇ ਆ ਉਹ ਰੈਗੂਲਰ ਵੀ ਹੋਣ। ਔਰ ਗਾਂ ਇੱਕ ਮੇਰੇ ਬੇਸਿਕ ਜ਼ਹਿਨ ਦੇ ਵਿੱਚ ਇੱਕੋ ਹੀ ਗੱਲ ਹੈਗੀ ਆ ਕਿ ਜਿਹੜਾ ਟੀਚਰ ਹੈ ਉਹ ਸਾਡੇ ਸਮਾਜ ਦੀ ਡਿਵੈਲਪਮੈਂਟ ਦਾ ਬੈਕਬੋਨ ਹੈ। ਜਿਸ ਸਮਾਜ ਦੇ ਵਿੱਚ ਟੀਚਰ ਜਿਹੜੇ ਆ ਉਹ ਕੰਫਰਟੇਬਲ ਹੋਣਗੇ, ਉੱਥੇ ਮੈਨੂੰ ਲੱਗਦਾ ਕਿ ਜਿਹੜਾ ਬੌਧਿਕ ਪੱਧਰ ਆ ਉਹ ਬੈਟਰ ਹੋ ਸਕਦਾ, ਉਹਦੇ ਵਿੱਚ ਇਨਸਾਨੀਅਤ ਜਿਹੜੀ ਵੱਡੀ ਹੋ ਸਕਦੀ ਆ, ਨਰੋਈ ਸੋਚ ਅਤੇ ਨਰੋਈ ਸਿਹਤ ਜਿਹੜੀ ਆ ਉਹ ਇਕੱਠੀ ਹੋ ਕੇ ਸਮਾਜ ਨੂੰ ਅੱਗੇ ਲਿਜਾ ਸਕਦੀ ਆ। ਜੇ ਸਮਾਜ ਅੱਗੇ ਜਾਊਗਾ ਤਾਂ ਹੀ ਸਾਡਾ ਸੂਬਾ ਅੱਗੇ ਜਾਊਗਾ, ਤਾਂ ਹੀ ਸਾਡਾ ਦੇਸ਼ ਅੱਗੇ ਜਾਊਗਾ। ਸੋ ਉਹਦੇ ਵਿੱਚ ਇੱਕ ਟੀਚਰ ਦਾ ਨੇਸ਼ਨ ਬਿਲਡਅਪ ਕਰਨ ਦਾ ਬਹੁਤ ਵੱਡਾ ਰੋਲ ਹੈ। ਇਸੇ ਕਰਕੇ ਮਹਿਕਮਾ ਮੈਂ ਇਹ ਦੋਨੇ ਇਕੱਠੇ ਹੀ ਲਏ ਸੀਗੇ। ਇਹਦੇ ਵਿੱਚ ਇਨੀਸ਼ੀਅਲ ਸਟੇਜ 'ਤੇ ਯੈਸ ਪ੍ਰੋਬਲਮਸ ਹੈਗੀਆਂ, ਹਜੇ ਵੀ ਹੈਗੀਆਂ। ਮੈਂ ਨਹੀਂ ਸਮਝਦਾ ਕਿ ਇਹਨੂੰ 3 ਮਹੀਨਿਆਂ ਦੇ ਵਿੱਚ ਸੋਲਵ ਕੀਤਾ ਜਾ ਸਕਦਾ, ਬਟ ਇਹ ਜਿਹੜੀ ਗੈਸਟ ਫੈਕਲਟੀ ਦੀ ਡਿਮਾਂਡ ਸੀ ਉਹਨੂੰ ਅਸੀਂ ਕੰਪਲੀਟ ਕੀਤਾ ਹੈਗਾ। ਔਰ ਮੈਂ ਇਹ ਸਮਝਦਾ ਕਿ ਅੱਗੇ ਵੀ ਅਸੀਂ ਕੋਪਰੇਟ ਕਰਕੇ ਅੱਗੇ ਵਧਾਂਗੇ ਤਾਂ ਕਿ ਜਿਹੜੀਆਂ ਕਮੀਆਂ ਪੇਸ਼ੀਆਂ ਇਸ ਹਾਇਰ ਐਜੂਕੇਸ਼ਨ ਸਿਸਟਮ ਦੇ ਵਿੱਚ ਹੈਗੀਆਂ, ਕਿਉਂਕਿ ਮੈਂ ਇੰਡਸਟਰੀਅਲਿਸਟ ਇਕੱਠੇ ਕੀਤੇ, ਮੈਂ ਐਜੂਕੇਸ਼ਨਿਸਟ ਇਕੱਠੇ ਕੀਤੇ, ਜਿਹੜਾ ਸਾਡਾ ਬੱਚਾ ਆ ਉਹ ਕਹਿੰਦਾ ਮੇਰੇ ਕੋਲ ਨੌਕਰੀ ਹੈ ਨਹੀਂ, ਜਿਹੜਾ ਇੰਡਸਟਰੀਅਲਿਸਟ ਹੈ ਉਹ ਕਹਿੰਦਾ ਮੇਰੇ ਕੋਲ ਬੱਚਾ ਹੈ ਨਹੀਂ ਉਹ ਜਿਹੜਾ ਮੇਰੀ ਇੰਡਸਟਰੀ ਨੂੰ ਅੱਗੇ ਲਿਜਾ ਸਕੇ। ਇਹਦਾ ਮਤਲਬ ਕਿਤੇ ਨਾ ਕਿਤੇ ਗੈਪ ਹੈਗਾ, ਔਰ ਇਹ ਗੈਪ ਜਿਹੜਾ ਚਾਈਨਾ ਨੇ ਅੱਜ ਤੋਂ 30 ਸਾਲ ਪਹਿਲਾਂ ਕਵਰ ਕਰ ਲਿਆ, ਸਾਨੂੰ ਉੱਧਰ ਨੂੰ ਤੁਰਨ ਦੀ ਜ਼ਰੂਰਤ ਹੈ। ਮੈਂ ਜਿੰਨੇ ਵੀ ਐਜੂਕੇਸ਼ਨਿਸਟ ਆ, ਜਿੰਨੇ ਪ੍ਰਾਈਵੇਟ ਇੰਸਟੀਟਿਊਸ਼ਨਸ ਦੇ ਈਵਨ ਵਾਈਸ ਚਾਂਸਲਰਸ ਹੈਗੇ ਆ, ਸਾਡੇ ਸਰਕਾਰੀ ਉਹਦੇ ਵਾਈਸ ਚਾਂਸਲਰਸ ਹੈਗੇ ਆ, ਮੈਂ ਕਿਹਾ ਲੈਟ ਅਸ ਵਰਕ ਟੂਗੈਦਰ ਵੀ ਸੋ ਦੈਟ ਕਿ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹਨੂੰ ਅਸੀਂ ਸਮੇਂ ਦਾ ਹਾਣੀ ਬਣਾ ਕੇ ਅਤੇ ਸਮਾਜ ਦੇ ਵਿੱਚ ਅੱਗੇ ਵਧਾ ਸਕੀਏ। ਸਰ, ਜਿਹੜੇ ਬਾਕੀ ਹੈਗੇ ਨੇ ਜਿੱਦਾਂ 180 ਟੀਚਰ ਜਿਹੜੇ ਪ੍ਰਾਈਵੇਟ ਕਰ ਦਿੱਤੇ ਗਏ, ਇਸ ਤੋਂ ਇਲਾਵਾ ETT ਵਾਲੇ ਆ ਜਾਂ ETT ਪਾਸ ਆਪਾਂ ਹੁਣ ਵੀ ਉਹਨਾਂ ਨੂੰ ਮਿਲੇ ਆ। ਦੇਖੋ ਉਹਦੇ ਵਿੱਚ ਵੀ ਹੋਇਆ ਕੀ ਆ, 19,000 ਟੀਚਰਾਂ ਦੀ ਭਰਤੀ ਕੋਰਟ ਦੇ ਵਿੱਚ ਕਿਤੇ ਨਾ ਕਿਤੇ ਸਟੱਕ ਹੋ ਗਈ। ਅਸੀਂ 12,880 ਨਵੇਂ ਟੀਚਰਾਂ ਦੀ ਜਿਹੜੀ ਅਲੱਗ ਅਲੱਗ ਕੈਟਾਗਰੀਜ਼ ਦੇ ਵਿੱਚ ਉਹਦੀ ਐਡਵਰਟਾਈਜ਼ਮੈਂਟ ਦਿੱਤੀ ਹੋਈ ਆ। ਐਕਚੁਅਲੀ ਬੱਚਿਆਂ ਨੂੰ ਕਨਫਿਊਜ਼ਨ ਇਹ ਆ, ਮੈਂ ਤਾਂ ਇਸ ਕਰਕੇ ਹੀ ਉਹਦੀ ਐਡਵਰਟਾਈਜ਼ਮੈਂਟ ਪਹਿਲਾਂ ਦੇ ਦਿੱਤੀ ਤਾਂ ਕਿ ਉਹਨੂੰ ਕੋਡ ਆਫ ਕੰਡਕਟ ਦਾ ਕੋਈ ਫਰਕ ਨਾ ਪਵੇ, ਤਾਂ ਕਿ ਉਹਦੀ ਪ੍ਰਕਿਰਿਆ ਜਿਹੜੀ ਜਦੋਂ ਪਹਿਲਾਂ ਸ਼ੁਰੂ ਹੋ ਜਾਂਦੀ ਆ ਫਿਰ ਉਹਦੇ ਵਿੱਚ ਕਿਤੇ ਫਰਕ ਨਹੀਂ ਹੁੰਦਾ। ਲੇਕਿਨ ਕਿਤੇ ਨਾ ਕਿਤੇ ਬੱਚਿਆਂ ਨੂੰ ਇਹ ਲੱਗਦਾ ਹੈਗਾ ਵੀ ਸ਼ਾਇਦ ਇਹ ਕਿਤੇ ਰੁਕ ਜਾਣੀ ਆ, ਹੁਣ ਪਤਾ ਨਹੀਂ ਕੀ ਹੋ ਜੂਗਾ। ਐਕਚੁਅਲੀ ਕੀ ਆ ਕਿ ਸਰਕਾਰਾਂ ਦੇ ਵਿੱਚ ਅਤੇ ਲੋਕਾਂ ਦੇ ਵਿੱਚ ਗੈਪ ਹੈ, ਕਿਤੇ ਨਾ ਕਿਤੇ ਕੌਨਫੀਡੈਂਸ ਦੀ ਘਾਟ ਹੈ ਵੀ ਸਰਕਾਰ ਇੱਦਾਂ ਤਾਂ ਨਹੀਂ ਕਰ ਦੂਗੀ, ਕਿਉਂਕਿ ਪਿਛਲੇ ਸਮਿਆਂ 'ਚ ਇੱਦਾਂ ਦੀਆਂ ਗੱਲਾਂ ਹੁੰਦੀਆਂ ਰਹੀਆਂ। ਪਰ ਮੇਰੀ ਸਮੱਸਿਆ ਇੱਕ ਡਿਫਰੈਂਟ ਹੈਗੀ ਆ ਵੀ ਜੋ ਕੰਮ ਹੋਣ ਵਾਲਾ, ਕਿਉਂਕਿ ਹੋਇਆ ਕਿ ਉੱਥੇ ਰੂਲਾਂ ਦੀ ਡਿਵਰਸ਼ਨ ਹੋਈ ਆ, ਰੂਲਾਂ ਦੀ ਡਿਵਰਸ਼ਨ ਸਮੇਂ ਸਮੇਂ 'ਤੇ ਹੋਈ ਆ, ਜਿਹਦੇ ਕਰਕੇ ਉਹ ਭਰਤੀਆਂ ਕਿਸੇ ਪਾਸੇ ਲੱਗ ਨਹੀਂ ਸਕੀਆਂ। ਨਹੀਂ ਤਾਂ 19,000 ਬੱਚੇ ਜੇ ਸਾਡੇ ਜੋਬ ਕਰਦੇ ਹੋਣ, ਸਾਡੇ ਟੀਚਰਾਂ ਦੀ ਜਿਹੜੀ ਕਮੀ ਆ ਉਹ ਪੂਰੀ ਹੋਊਗੀ, ਦੂਜਾ ਇਹ ਆ ਕਿ ਸਾਡੇ ਬੱਚਿਆਂ ਨੂੰ ਜਿਹੜੀ ਮਿਆਰੀ ਐਜੂਕੇਸ਼ਨ ਮਿਲੂਗੀ। ਸੋ ਇਸ ਕਰਕੇ ਉਹਦੇ 'ਚ ਇਹ ਸਮੱਸਿਆ ਸੀਗੀ। ਔਰ ਉਹਦੇ ਵਿੱਚ ਜੋ 12,000 ਪਲੱਸ ਜੋਬ ਤੁਸੀਂ ਦੱਸੀਆਂ, ਨੋਟੀਫਿਕੇਸ਼ਨ ਜਾਰੀ ਕੀਤਾ ਜਿਹੜਾ ਤੁਸੀਂ, ਉਹਦੇ ਵਿੱਚ ਜਿਹੜੇ ਮੰਗ ਕਰ ਰਹੇ ਨੇ ਇਹ ਵੀ ਸ਼ਾਮਿਲ ਹੈਗੇ? ਇਹ ਵੀ ਸ਼ਾਮਿਲ ਹੈਗੇ ਆ। ਇਹਨਾਂ ਨੂੰ ਦੇਖੋ ਜਿਹੜਾ ETT ਆ ਉਹਦੇ ਰੂਲਾਂ ਦੇ ਵਿੱਚ ਕਨਫਿਊਜ਼ਨ ਆ, ਜਿਹੜੀ ਗਵਰਨਮੈਂਟ ਆਫ ਇੰਡੀਆ ਦੇ ਰੂਲਸ ਹੈਗੇ ਆ ਉਸ ਹਰਿਆਣੇ ਜਿਹੜੇ ਰਾਜਸਥਾਨ ਦੇ ਵਿੱਚ ਕਿਸੇ ਹੋਰ ਤਰ੍ਹਾਂ ਇੰਟਰਪ੍ਰੀਟੇਸ਼ਨ ਹੋਈ ਆ, ਉਹਦੀ ਹਿਮਾਚਲ ਦੇ ਵਿੱਚ ਕਿਸੇ ਹੋਰ ਤਰ੍ਹਾਂ ਹੋਈ ਆ, ਅਤੇ ਪੰਜਾਬ 'ਚ ਕਿਸੇ ਹੋਰ ਤਰ੍ਹਾਂ ਹੋਈ ਆ, ਕਿਉਂਕਿ ਉੱਥੇ ਜੱਜਮੈਂਟ ਕੋਈ ਹੋਰ ਆਈ ਆ, ਇੱਥੇ ਜੱਜਮੈਂਟ ਕੋਈ ਹੋਰ ਆਈ ਆ। ਮੈਂ ਕਦੀ ਨਹੀਂ ਇਹ ਚਾਹੁੰਦਾ ਵੀ 10 ਦਿਨ ਲੇਟ ਕਰ ਲਓ, ਪਰ ਰੂਲਾਂ ਦੇ ਵਿੱਚ ਉਹ ਚੀਜ਼ਾਂ ਹੋਣ ਜਿਹੜੀਆਂ ਕੱਲ੍ਹ ਨੂੰ ਕੋਰਟ ਦੇ ਵਿੱਚ ਚੈਲੇਂਜ ਨਾ ਹੋਣ, ਕਿਉਂਕਿ ਕੱਲ੍ਹ ਨੂੰ ਮੈਂ ਇਸ ਪੋਸਟ 'ਤੇ ਹੋਵਾਂ ਚਾਹੇ ਨਾ ਹੋਵਾਂ, ਲੇਕਿਨ ਇਹਨਾਂ ਬੱਚਿਆਂ ਨੂੰ ਪ੍ਰੋਬਲਮ ਇੱਦਾਂ ਦੀ ਨਹੀਂ ਆਉਣੀ ਚਾਹੀਦੀ ਤਾਂ ਕਿ ਭਰਤੀ ਪ੍ਰਕਿਰਿਆ ਜਿਹੜੀ ਉਹ ਰੁਕ ਜਾਵੇ। ਸੋ ਮੇਰਾ ਤਾਂ ਇਹ ਨਜ਼ਰੀਆ ਹੈ। ਕਲੈਰੀਫਿਕੇਸ਼ਨ ਕਰ ਦਿੱਤੀ ਅੱਜ ਰਾਧਰ, ਉਹਦੇ ਰੂਲ ਵੀ ਜਿਹੜੇ ਉਹ 'ਤੇ ਪਾ ਦਿੱਤੇ ਗਏ ਆ। ਉਹ ਜਿੰਨੀਆਂ ਪੋਸਟਾਂ ਮੰਗਦੇ ਸੀ ਉਨੀਆਂ ਪੋਸਟਾਂ ਜਿਹੜੀਆਂ ਅਵੇਲੇਬਲ ਨਹੀਂ ਸੀਗੀਆਂ, ਲੇਕਿਨ ਜਿੰਨੀਆਂ ਮੈਕਸੀਮਮ ਹੋ ਸਕਦੀਆਂ, ਜਿਹੜੀ ਉਹਨਾਂ ਨੇ ਕਿਹਾ ਸੀ ਵੀ ਹਾਂ ਬਈ ਇਹ ਜਿਹੜੀਆਂ ਹੈਗੀਆਂ ਇਹਨੂੰ ਇੰਗਲਿਸ਼ ਨੂੰ ਅਤੇ ਬਾਕੀ ਸਬਜੈਕਟਸ ਨੂੰ ਵੱਧ ਦੇ ਤੀਆਂ, ਉਹਨੂੰ ਮੈਂ ਰਿਵਰਸ ਕਰਕੇ ਉਹ ਜਿੰਨੀਆਂ ਵੀ ਓਰਿਜਨਲੀ ਸੀਗੀਆਂ ਪੰਜਾਬੀ ਦੀਆਂ, ਸੋਸ਼ਲ ਸਟੱਡੀਜ਼ ਦੀਆਂ ਔਰ ਹਿੰਦੀ ਦੀਆਂ, ਉਹ ਮੈਂ ਉਹਨਾਂ ਨੂੰ ਜਿਹੜੀਆਂ ਉਹ ਦੇ ਦਿੱਤੀਆਂ ਹੈਗੀਆਂ ਤਾਂ ਕਿ ਉਹਨਾਂ ਦੇ ਜਿਹੜੇ ਗਿਲੇ ਸ਼ਿਕਵੇ ਆ ਉਹ ਵੀ ਦੂਰ ਹੋ ਸਕਣ।
ਸਰ ਇੱਕ ਅੱਜ ਕੋਲਡ ਲੱਗ ਗਿਆ ਔਰ ਇਲੈਕਸ਼ਨ ਕਮਿਸ਼ਨ ਵੱਲੋਂ ਕਾਫੀ ਸਖਤੀ ਵਰਤੀ ਗਈ ਹੈ ਖਾਸ ਕਰਕੇ ਪੋਲੀਟੀਕਲ ਪਾਰਟੀਆਂ ਦੇ ਉੱਪਰ 15 ਤਰੀਕ ਤੱਕ ਤੁਸੀਂ ਨਾ ਕੋਈ ਰੈਲੀ ਕਰ ਸਕਦੇ ਆ ਨਾ ਕੋਈ ਬਾਈਕ ਰੈਲੀ ਨਾ ਹੀ ਕਿਸੇ ਵੀ ਤਰ੍ਹਾਂ ਦਾ ਸੰਬੋਧਨ ਨਹੀਂ ਕਰ ਸਕਦੇ ਸਿਰਫ ਜਿਹੜੀ ਹੈ ਫਿਜ਼ੀਕਲ ਜਿਹੜੀ ਕੰਪੇਨਿੰਗ ਛੱਡ ਕੇ ਬਾਕੀ ਜਿਹੜੀ ਡਿਜੀਟਲ ਕੰਪੇਨਿੰਗ ਨੂੰ ਹੀ ਪਹਿਲ ਦਿੱਤੀ ਗਈ ਹੈ ਤੁਹਾਡਾ ਇਸ ਬਾਰੇ ਕੀ ਕਹਿਣਾ ਔਰ ਦੇਸ਼ ਦੇ ਇਤਿਹਾਸ 'ਚ ਸ਼ਾਇਦ ਪਹਿਲੀ ਵਾਰ ਹੋਇਆ ਹੈ ਚਲੋ ਜੋ ਇਲੈਕਸ਼ਨ ਕਮਿਸ਼ਨ ਦੇ ਹੈਵ ਅਥਾਰਟੀ ਮੈਨੂੰ ਲੱਗਦਾ ਕਿ ਜਿਸ ਤਰ੍ਹਾਂ ਦੀ ਵੀ ਜਿਹੜੀਆਂ ਗਾਈਡਲਾਈਨਸ ਆਉਣਗੀਆਂ ਅਸੀਂ ਸਾਨੂੰ ਫੋਲੋ ਕਰਨਾ ਪਊਗਾ ਇਹ ਸਾਰਿਆਂ ਲਈ ਹੈ ਇਹ ਤਾਂ ਕਿਸੇ ਇੱਕ ਲਈ ਨਹੀਂ ਹੈ ਲੇਕਿਨ ਜਿਹੜੀ ਡਿਜੀਟਲ ਕੰਪੇਨ ਆ ਉਹਦੇ ਵਿੱਚ ਰੀਅਲ ਇਸ਼ੂਜ਼ ਕਈ ਵਾਰੀ ਨਿਕਲ ਜਾਂਦੇ ਆ ਉਹਦੇ ਵਿੱਚ ਮੈਨੂੰ ਐਂ ਲੱਗਦਾ ਮੇਰੀ ਪਰਸਨਲ ਫੀਲਿੰਗ ਹੈ ਹੋ ਸਕਦਾ ਮੈਂ ਉਹਦੇ ਵਿੱਚ ਕਿਤੇ ਕੋਈ ਗਲਤ ਵੀ ਕਹਿ ਰਿਹਾ ਹੋਵਾਂ ਬਟ ਮੈਨੂੰ ਐਂ ਲੱਗਦਾ ਕਿ ਹਾਂ ਡਿਸਟੈਂਸ ਮੇਨਟੇਨ ਕਰਨਾ ਚਾਹੀਦਾ ਕਿਉਂਕਿ ਜੇ ਬਹੁਤ ਜ਼ਿਆਦਾ ਕਿਤੇ ਕੋਵਿਡ ਦੀ ਜਿਹੜੀ ਬਹੁਤੀ ਪ੍ਰੋਬਲਮ ਨਾ ਹੋਵੇ ਤਾਂ ਮੈਨੂੰ ਲੱਗਦਾ ਕਿ ਲਿਮਿਟਡ ਬੰਦਿਆਂ ਦੇ ਵਿੱਚ ਔਰ ਉਹਨੂੰ ਡਿਸਟੈਂਸ ਨੂੰ ਮੇਨਟੇਨ ਕਰਕੇ 6 ਫੁੱਟ ਦੀ ਜੇ ਦੂਰੀ ਰੱਖਣੀ ਆ ਜੇ ਜਿੰਨੀ ਵੀ ਰੱਖਣੀ ਹੈਗੀ ਆ ਉਹਨੂੰ ਮੇਨਟੇਨ ਕੀਤਾ ਜਾ ਸਕਦਾ ਸੋ ਬਾਕੀ ਲੇਕਿਨ ਜਿਹੜਾ ਸਾਡਾ ਇਲੈਕਸ਼ਨ ਕਮਿਸ਼ਨ ਹੈ ਦੈਟ ਇਜ਼ ਸੁਪਰੀਮ ਬੋਡੀ ਟੂ ਕੰਡਕਟ ਦਾ ਇਲੈਕਸ਼ਨ ਸੋ ਵਟ ਐਵਰ ਜਿਹੜੇ ਉਹਨਾਂ ਲਈ ਹੈਗੇ ਅਸੀਂ ਕਰਾਂਗੇ ਸਰ ਜਿਹੜੀ ਲਾਸਟ ਵਿੱਚ ਟੀਚਰਾਂ ਨੇ ਇੱਕ ਮੰਗ ਕੀਤੀ ਜਿਹੜੇ 2 ਮਹੀਨੇ ਹੋਏ ਤਕਰੀਬਨ ਬੈਠੇ ਹੈਗੇ ਉਹਦੇ ਵਿੱਚ ਜਿਹੜੀ ਸੈਲਰੀ ਦਾ ਇਹਨਾਂ ਨੇ ਇੱਕ ਉਸ ਚੀਜ਼ ਬਾਰੇ ਕੁਝ ਉਹ ਡੈਫੀਨੇਟਲੀ ਮੈਂ ਆਪਣੇ ਸੈਕਟਰੀ ਨੂੰ ਕਹਿ ਕੇ ਉਹ ਕਿਉਂਕਿ ਐਕਚੁਲੀ ਇਹ ਪਨਿਸ਼ਮੈਂਟ ਨਹੀਂ ਹੈ ਮੈਂ ਕਦੀ ਵੀ ਇਸ ਗੱਲ ਦੇ ਮੇਰੇ ਜ਼ਹਿਨ 'ਚ ਵੀ ਨਹੀਂ ਆਉਂਦਾ ਕਿ ਕਿਸੇ ਨੂੰ ਕੋਈ ਪਨਿਸ਼ ਕੀਤਾ ਜਾਵੇ ਇਹ ਠੀਕ ਆ ਵੀ ਹਰ ਬੰਦੇ ਦਾ ਸਟਾਈਲ ਆਪਣਾ ਹੁੰਦਾ ਮੈਂ ਤਾਂ ਇਹਨਾਂ ਨੂੰ ਹੱਸਦਾ ਸੀ ਪ੍ਰਧਾਨ ਸਾਹਿਬ ਨੂੰ ਮੈਂ ਕਿਹਾ ਜੇ ਮੇਰੇ ਕੋਲ ਇਕੱਲਾ ਵੀ ਬੰਦਾ ਆ ਜਾਵੇ ਮੈਂ ਉਹ ਵੀ ਤਾਂ ਵੀ ਉਹੀ ਕੰਮ ਕਰਨਾ ਜੇ ਕੋਈ 100 ਬੰਦਾ ਆ ਜਾਵੇ ਤਾਂ ਵੀ ਉਹੀ ਕੰਮ ਕਰਨਾ ਜੇ 1000 ਬੰਦਾ ਆ ਜਾਵੇ ਤਾਂ ਵੀ ਮੈਂ ਉਹੀ ਕਰਨਾ ਲੇਕਿਨ ਇਹ ਕਈ ਵਾਰੀ ਕੀ ਹੁੰਦਾ ਕਿ ਪੋਲੀਟੀਕਲ ਸਿਸਟਮ ਦੇ ਵਿੱਚ ਕਈ ਵਾਰੀ ਬੰਦੇ ਸੋਚਦੇ ਆ ਵੀ ਜੇ ਵੱਧ ਗਿਣਤੀ ਆ ਤਾਂ ਸ਼ਾਇਦ ਪ੍ਰੈਸ਼ਰ ਕਿਤੇ ਵੱਧ ਹੈਗਾ ਪਰ ਮੇਰਾ ਇਹ ਨਹੀਂ ਹੁੰਦਾ ਮੇਰਾ ਇਹ ਹੁੰਦਾ ਕਿ ਯਾਰ ਕੱਲ੍ਹ ਨੂੰ ਮੈਂ ਇਸ ਜਗ੍ਹਾ 'ਤੇ ਰਵਾਂ ਚਾਹੇ ਨਾ ਰਵਾਂ ਲੇਕਿਨ ਸਮਾਜ ਦੇ ਵਿੱਚ ਉਹੋ ਕੰਮ ਕਰਕੇ ਜਾਈਏ ਜਿਹਦੀ ਕੋਈ ਕੱਲ੍ਹ ਨੂੰ ਤੁਹਾਨੂੰ ਕੋਈ ਗਿਲਾ ਸ਼ਿਕਵਾ ਨਾ ਹੋਵੇ ਕਿ ਯਾਰ ਮੈਂ ਉਸ ਟਾਈਮ ਜੇ ਇੱਦਾਂ ਕਰ ਦਿੰਦਾ ਤਾਂ ਇੱਦਾਂ ਹੋ ਜਾਣਾ ਸੀ ਇੱਦਾਂ ਕਰ ਦਿੰਦਾ ਇੱਦਾਂ ਹੋ ਜਾਣਾ ਸੀ ਸੋ ਮੇਰੀ ਤਾਂ ਇੰਨੀ ਕੋਸ਼ਿਸ਼ ਹੈਗੀ ਔਰ ਇਹ ਜਿਹੜੀ ਆ ਇਹਨਾਂ ਦੀ ਜਿਹੜੀ ਪਿਛਲੇ ਸਮੇਂ ਦੀ ਹੈਗੀ ਆ ਇਹਨੂੰ ਰੈਗੂਲਰਾਈਜ਼ ਜਿਹੜਾ ਉਹ ਕਰਵਾ ਦਾਂਗੇ ਮੈਨੂੰ ਚੈੱਕ ਕਰ ਲੈਣਾ ਵੀ ਕੀ ਉਹਦੇ 'ਚ ਬੈਸਟ ਪੋਸੀਬਲ ਉਹਦੇ ਵਿੱਚ ਜੋ ਵੀ ਬੇਸਿਕਲੀ ਹੋਊਗਾ ਮੈਂ ਉਹਨੂੰ ਬੈਸਟ ਕਰ ਦਾਂਗੀ ਕੋਈ ਇਹੋ ਜਿਹੀ ਗੱਲ ਨਹੀਂ ਹੈ ਯਾਰ ਇਹ ਸਾਰੇ ਜਿਹੜੇ ਟੀਚਰ ਹੈਗੇ ਆ ਇਹਨਾਂ ਨੇ ਬਹੁਤ ਬੱਚਿਆਂ ਨੂੰ ਪੜ੍ਹਾਇਆ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਪੜ੍ਹਾਉਣਾ ਹੈਗਾ ਅਤੇ ਕਈ ਵਾਰੀ ਕੀ ਆਮ ਹੀ ਜਦੋਂ ਜਿਹੜੇ ਬੱਚੇ ਗਰੋ ਕਰਦੇ ਹੈਗੇ ਆ ਉਹ ਹਰ ਕਿਸੇ ਨਾ ਕਿਸੇ ਟੀਚਰ ਦੀ ਪ੍ਰੋਡਕਟ ਹੀ ਹੁੰਦੇ ਹੈਗੇ ਆ ਸੋ ਮੈਨੂੰ ਲੱਗਦਾ ਉਹ ਕੰਟਰੀਬਿਊਟ ਕਰਦੇ ਆ ਸਰ ਸੰਬੋਧਨ ਆਪਣੇ ਕੋਰਟ ਤੋਂ ਬਾਅਦ ਜਿਹੜਾ ਆਪਣੇ ਸੰਬੋਧਨ ਕਰਨਾ ਐਜ਼ ਏ ਮਿਨਿਸਟਰ ਕਿਤੇ ਉਹ ਸਵਾਲਾਂ ਦੇ ਘੇਰੇ 'ਚ ਨਹੀਂ ਆਉਣਗਾ ਜਿਹੜਾ ਆਪਣੇ ਕੋਰਟ ਲੱਗਣ ਤੋਂ ਬਾਅਦ ਜਦੋਂ ਆਪਣੇ ਨਹੀਂ ਕੋਈ ਦੇਖੋ ਜਿਹੜੇ ਆਰਡਰ ਹੈਗੇ ਉਹ ਤਾਂ ਅਸੀਂ ਪਹਿਲਾਂ ਕਰ ਲਏ ਹੈਗੇ ਆ ਪਹਿਲਾਂ ਦੇ ਹੋਏ ਆ ਕੋਡ ਆਫ ਕੰਡਕਟ ਤੋਂ ਕੋਈ ਇਹੋ ਜਿਹੀ ਗੱਲ ਨਹੀਂ ਹੈ ਔਰ ਮੇਰਾ ਖਿਆਲ ਹੈ ਕਿ ਅਸੀਂ ਲਾਈਕ ਫਰੈਂਡਸ ਵੀ ਆਰ ਟਾਕਿੰਗ ਐਂਡ ਵੀ ਆਰ ਵਰਕਿੰਗ ਔਰ ਮੈਨੂੰ ਨਹੀਂ ਲੱਗਦਾ ਇਹਦੇ 'ਚ ਕੋਈ ਇੱਦਾਂ ਦੀ ਕੋਈ ਕਿਉਂਕਿ ਇਲੈਕਸ਼ਨ ਕਮਿਸ਼ਨ ਵੀ ਅਲਟੀਮੇਟਲੀ ਉਹ ਸਾਡੇ ਵਿੱਚੋਂ ਹੀ ਹੈਗਾ ਕੋਈ ਇਹ ਤਾਂ ਹੈ ਨਹੀਂ ਗਾ ਕਿ ਕੋਈ ਅਸੀਂ ਕੋਈ ਇੱਦਾਂ ਦਾ ਗਲਤ ਕੰਮ ਕਰਦੇ ਹਾਂ ਵੀ ਜਿਹਦੇ ਨਾਲ ਪਤਾ ਨਹੀਂ ਇਲੈਕਸ਼ਨ ਪ੍ਰੋਸੈਸ ਦੀ ਪ੍ਰਕਿਰਿਆ ਜਿਹੜੀ ਆ ਉਹ ਕਿਤੇ ਉਹ ਬਹੁਤ ਜ਼ਿਆਦਾ ਇਨਫਲੂਐਂਸਡ ਹੋ ਜਾਵੇ ਮੈਨੂੰ ਨਹੀਂ ਲੱਗਦਾ ਇੱਦਾਂ ਦੀ ਕੋਈ ਗੱਲ ਹੈ ਸਰ ਮੈਰੀਟੋਰੀ ਸਕੂਲਾਂ ਦਾ ਸਿਰ ਪੱਕੇ ਕਰਨ ਦਾ ਹੁੰਦਾ ਕੀ ਬਣਾ ਨਹੀਂ ਮੈਰੀਟੋਰੀਅਸ ਸਕੂਲ ਦੇ ਵਿੱਚ ਜਿਹੜਾ ਪ੍ਰੋਸੈਸ ਹੈਗਾ ਉਹ ਚੱਲ ਰਿਹਾ ਹੈਗਾ ਸੋ ਕਿਉਂਕਿ ਉਹਦੇ ਵਿੱਚ ਸਾਡਾ ਇੱਕ ਡਿਸੀਜ਼ਨ ਹੋਇਆ ਸੀਗਾ ਕੈਬਨਿਟ ਦਾ ਜਿਹਦੇ ਵਿੱਚ ਜਿਹੜੇ 10 ਸਾਲ ਵਾਲੇ ਹੈਗੇ ਆ ਉਹਨੂੰ ਪ੍ਰੋਸੈਸ ਨੂੰ ਔਰ ਜਿਹੜੇ ਵੀ ਉਹਦੇ 'ਚ ਕੁਆਲੀਫਾਈ ਕਰਦੇ ਹੈਗੇ ਕਿਉਂਕਿ ਗਵਰਨਰ ਕੋਲ ਉਹ ਫਾਈਲ ਗਈ ਸੀਗੀ ਉਹਦੇ ਤੋਂ ਬਾਅਦ ਮੈਨੂੰ ਲੱਗਦਾ ਕੁਛ ਓਬਜੈਕਸ਼ਨਸ ਲੱਗ ਕੇ ਫਾਈਲ ਵਾਪਸ ਆਈ ਸੀ ਸੋ ਆਈ ਥਿੰਕ ਉਹ ਵੀ ਔਨ ਟਰੈਕ ਹੈਗਾ ਔਰ ਮੈਨੂੰ ਲੱਗਦਾ ਕਿ ਉਹਦੀ ਵੀ ਸੌਰਟ ਆਊਟ ਹੋ ਜੂਗਾ ਠੀਕ ਹੈ ਜੀ ਥੈਂਕ